म ने शैतान राज लखा करोड़ों दरूद हज़रत मोहम्मद मुस्तफ़ा सल्हुस पारत माड़ियों उम्मीद करना सारे भावना परा ठीक ठाक हो सो बहर ऑफ ये तो अपनी अपनी ज़िंदगी आसन अंदाजा गुजारने की कोशिश मैं मैत सुन परत सुना मेजबान हाशिम अली चौधरी तथा तक यूट्यूब चैनल और फेसबुक पेज नाजरीन क्रम खबरें गम है बड़ी गमगीन खबर है अज उन्हें गस कल ਮੋਰਹਾ 18 ਅਗਸਤ 2023 ਤਹਿਸੀਲ ਖੁਰਟਾਨੇ ਨਵਾਹੀ ਇਲਾਕੇ ਗੋੜਾ ਬਲਿਆਣਾ ਤਲਕ ਰੱਖਣ ਵਾਲੇ ਟੇਲਰ ਮਾਸਟਰ ਮੁਹੰਮਦ ਖਾਨ ਸਾਹਿਬ ਮੁਹੰਮਦ ਖਾਨ ਮਾਸਟਰ ਮੁਹੰਮਦ ਖਾਨ ਸਾਹਿਬ ਦਿਨ 2:00 ਵਜੇ ਕੱਲ ਜੁਮੇਹ ਨਦਾਰਸੀ ਦਿਨ 2:00 ਵਜੇ ਉਹ ਆਪਣੇ ਕਰੂਲਾ ਪਤਾ ਹੋ ਜਣੇ ਗਵਿੰ ਜਣੇ ਲਾ ਬਤਾਉਣੇ ਤੋਂ ਬਾਅਦ ਜਿਹੜਾ ਨਾ ਸਾਰੇ ਘਰਾਂ ਦੇ ਉਹਨਾਂ ਕੀ ਲੋਨਾ ਸ਼ੁਰੂ ਕਰੀ ਦੇਣੇ ਤਾਂ ਉਸ ਤੋਂ ਇਲਾਵਾ ਪੂਰਾ ਮਹੱਲਾ ਉਹਨਾਂ ਕੀ ਲੋਨਾ ਰੇੜਾ ਕੋਈ ਤਕਰੀਬਨ ਰਾਤੀ 12 ਵਜੇ ਥੋੜੀ ਸਾਰੇ ਉਹਨਾਂ ਕੀ ਲੋੜਿਆ 12 ਇੱਕ ਤੋਂ ਬਾਅਦ ਲੋਨੇ ਤੋਂ ਬਾਅਦ ਆਹਰਕਾਰ ਸੋਸ਼ਲ ਮੀਡੀਆ ਪਰ ਵੀ ਖਬਰਾਂ ਚਾੜੀਆਂ ਕਿ ਅਗਰ ਕੋਈ ਲੱਭਣ ਉਹ ਜਿੱਥੇ ਵੀ ਲੱਭਣ ਤਾਂ ਉਹਨਾਂ ਨਾਲ ਰابطਾ ਕਰੋ ਲੇਕਿਨ ਉਹ ਨਹੀਂ ਲੱਭੇ ਤਾਂ ਆਹਰਕਾਰ ਥੱਕੀ ਆ ਰਹੀ ਤਾਂ ਰਾਤੀ ਲੇਟਣਾ ਪਿਆ ਤੇ ਸਵੇਰ ਕੋਈ 9 10 ਵਜੇ ਨਾ ਟਾਈਮ ਸੀ ਮੈਨੂੰ ਸਹੀ ਯਾਦ ਨਹੀਂ ਤੇ ਖੇਤਾਂ ਵਿੱਚ ਕਾ ਕੱਪੜੇ ਤਾਂ ਬੰਦੇ ਆਏ ਬੰਦੇ ਆਣ ਤਾਂ ਉਹਨਾਂ ਤੱਕਿਆ ਕੇ ਮਾਸਟਰ ਮੁਹੰਮਦ ਖਾਨ ਸਾਹਿਬੀ ਫੰਦਾ ਲਗਿਆ ਯਾਨੀ ਕਿ ਫਾਂਸੀ ਦੇ ਫੰਦੇ ਪਰ ਲਟਕੇ ਹੋਏ ਨੇ ਮਾੜੇ ਹਾਲਾਚ ਇੱਕ ਦਰਖਤਾਂ ਪਰ ਤੂਤਣਾ ਦਰਖਤ ਸੀ ਤਾਂ ਉਸ ਪਰ ਰੱਸਾ ਪਿਆ ਤਾਂ ਉਸ ਪਰ ਮਾਸਟਰ ਖਾਨ ਔਰ ਲਟਕੇ ਹੋਏ ਫਿਰ ਸਾਰੇ ਬੰਦੇ ਜਿਹਨ ਦੇ ਉੱਥੇ ਇਕੱਠੇ ਹੋਏ ਨੇ ਤਾਂ ਪੁਲਿਸ ਆਈ ਹੈ ਬੰਦੇ ਕੋਲ ਲੀ ਗੇ ਪੁਲਿਸ ਇਤਲਾਹ ਕੀਤੀ ਹੈ ਤਾਂ ਪੁਲਿਸ ਆਪੂ ਆਈ ਹੈ ਪੁਲਿਸ ਉਹਨਾਂ ਕੀ ਲਵਾਇਆ ਉਥੋਂ ਯਾਨੀ ਕਿ ਫੰਦੇ ਪਰੋਂ ਤਾਂ ਟੀ ਐਚ ਕਯੂ ਹਸਪਤਾਲ ਤਹਿਸੀਲ ਹੈੱਡਕੁਆਰਟਰ ਹਸਪਤਾਲ ਖੁਇਰਟਾ ਖੜਿਆ ਨੇ ਤਫਤੀਸ਼ ਵਗੈਰਾ ਵੀ ਕੀਤੀ ਜਾਂਦੇ ਤੇ ਜਿਹੜਾ ਨਾ ਇਹ ਆਹਿਆ ਜਾਣਾ ਕਿ ਯਾਨੀ ਕਿ ਗੱਲ ਬਣੀ ਜਾਂ ਗੁਮਾਨ ਕੀਤਾ ਜਾਣਾ ਕਿ ਉਹਨਾਂ ਆਪੂ ਖੁਦਕੁਸ਼ੀ ਕੀਤੀ ਹੈ ਕਿਹਾਂ ਕਿ ਉਹਨਾਂ ਦਾ ਜ਼ਿਹਨੀ ਤਵਾਜ਼ਨ ਖਰਾਬ ਸੀ ਕਾਫੀ ਅਰਸੇ ਤੋਂ ਉਹਨਾਂ ਨੇ ਕਰਾ ਲਿਆ ਨਾਲ ਗੱਲਬਾਤ ਕੀਤੀ ਗਈ ਹੈ ਪੁਲਿਸ ਆ ਨੇ ਉਹਨਾਂ ਕੀ ਪੁੱਛਿਆ ਕਰਾ ਲਿਆ ਕਿ ਤਾਂ ਕਰਾ ਲੈ ਆਈ ਆ ਗੱਲ ਆਹੀ ਆ ਕਿ ਇਹਨਾਂ ਨਾਲ ਕੋਈ 5 ਇੱਕ ਸਾਲ ਥੀ ਜਾਂ 3-4 ਸਾਲ ਥੀ ਜਾਂ 5 ਸਾਲ ਥੀ ਜਿਹੜਾ ਨਾ ਇਹਨਾਂ ਦਾ ਜ਼ਿਹਨੀ ਤਵਾਜ਼ਨ ਖਰਾਬ ਸੀ ਤਾਂ ਜਿਹੜਾ ਨੂੰ ਨਾ ਖੁਦਕੁਸ਼ੀ ਕੀਤੀ ਆਖਿਆ ਜਾਂ ਜਾਣਾ ਤਾਂ ਟੀਐਚਕੇ ਹਸਪਤਾਲ ਖੁਰਟਾ ਵਿੱਚ ਉਹਨੇ ਖੜਿਆ ਨੇ ਤੇ ਤਫਤੀਸ਼ ਵਗੈਰਾ ਥੋੜੀ ਬੋਤੀ ਹੋਈ ਹੈ ਤਾਂ ਕਰਾਇਲੇ ਕੋਲ ਨਾ ਪੁਲਿਸ ਵਾਲੇ ਬਿਆਨ ਵਗੈਰਾ ਵੀ ਹੁੰਦੇ ਨੇ ਤਾਂ ਹੁਣ ਵਾਕਿਆ ਆਇਆ ਕਿ ਉਹਨਾਂ ਨਾ ਜਿਹੜਾ ਨਾ ਅੱਜ ਮੜਿਆ ਹਲੀ ਨਮਾਜ਼ੇ ਜਨਾਜ਼ਾ ਵੀ ਆਇਆ ਤੇ ਇਹ ਹੈ ਜਿਹੜਾ ਨਾ ਗਮਗੀਨ ਖਬਰ ਹੈ ਉਹਨਾਂ ਦੀ ਜ਼ਿਹਨੀ ਤਵਾਜ਼ਨ ਆਇਆ ਜਣਾ ਕੇ ਖਰਾਬ ਸੀ ਤੇ ਮੈਂ ਹੈ ਆਪਣੇ ਨਾਜ਼ਰੀਨ ਕੀ ਅਗਾ ਕਰੀ ਛੋੜਾਂ ਖਬਰ ਬੜੀ ਗਮਗੀਨ ਹੈ ਸਾਡੇ ਇਲਾਕੇ ਚ ਮਾਮਲਾ ਆਇਆ ਤੁਸਾਂ ਕੀ ਪਤਾ ਕਿ ਮੈਂ ਵੀ ਰਹਿਣਾ ਖੁਰਟਾ ਰਹਿਣਾ ਤੇ ਬੜਾ ਗਮਗੀਨ ਜਾ ਮਾਮਲਾ ਮੈਂ ਤੁਸਾਂ ਕੀ ਯਾਨੀ ਕਿ ਤੁਸਾਂ ਥੰਬਨਲ ਪਰ ਤਸਵੀਰ ਵੀ ਤਕੀ ਹੋ ਸੀ ਮੈਨਾਂ ਸੁਚਾਉਣਾ ਕਿ ਤਸਵੀਰ ਲਗਾ ਹੈ ਲੇਕਿਨ ਫਿਰ ਜੜਾ ਨਾ ਲਾਣੀ ਪਈ ਹੈ ਤਸਵੀਰ ਕਿ ਕਿ ਬਹੁਤ ਸਾਰੀਆਂ ਸੋਸ਼ਲ ਮੀਡੀਆ ਪਰ ਐਸੀਆਂ ਖਬਰਾਂ ਵੀ ਚਲਦੀਆਂ ਅਸਲੀਆਂ ਕਤਲ ਹੈ ਇਸਰਾ ਉਸਰਾ ਲੇਕਿਨ ਮੈਂ ਹੈ ਆਪਣੀ ਨਾਜ਼ਰੀ ਨਹੀਂ ਅਗਾ ਕਰੀ ਛੋਣਾ ਸਹੀ ਜਿਹੜੀ ਸਹੀ ਖਬਰ ਯਾਨੀ ਕਿ ਜਿਹੜੀ ਸੱਚੀ ਖਬਰ ਹੈ ਉਸ ਦੀ ਅਗਾ ਕਰੀ ਛੋਣਾ ਕਿ ਕਿ ਘਰ ਵਾਲੇ ਨੇ ਤਰਫੂਆ ਹੈ ਜਣਾ ਕਿ ਉਹਨਾਂ ਦਾ ਜ਼ਹਿਨੀ ਤਵਾਜ਼ਨ ਖਰਾਬ ਸੀ ਤਾਂ ਉਹਨਾਂ ਜੜਾ ਨਾ ਆਪਣੇ ਇਹ ਗਾਲਬਨ ਗੁਮਾਨ ਨਹੀਂ ਹੈ ਕਿ ਤਾ ਚਣਾ ਕਿ ਆਪੂ ਫੰਦਾ ਲੈ ਕੇ ਕਿ ਉਹਨਾਂ ਦਾ ਜ਼ਹਿਨੀ ਤਵਾਜ਼ਨ ਵੀ ਖਰਾਬ ਸੀ ਤਾਂ ਇਹ ਅਗਮਾਨ ਕੀਤਾ ਜਾਣਾ ਕਿ ਉਹਨਾਂ ਆਪੂ ਫੰਦਾ ਲਾਇਆ ਤਾਂ ਹੁਣ ਅੱਲਾਹ ਬਿਹਤਰ ਜਾਣਦਾ ਅਸਲਿੱਚ ਹਕੀਕਤ ਆ ਕਿ ਆਇਆ ਮੈਂ ਤੁਹਾਨੂੰ ਕਰੀ ਛੜਾਗਾ ਮਜ਼ੀਦ ਵੀਡੀਓਜ਼ ਮਾਰੇ ਸਾਡੇ ਚੈਨਲ ਕੇ ਸਬਸਕ੍ਰਾਈਬ ਕਰੀ ਛੜੋ ਫੀ ਇਮਾਨਿਲਾ